ਮੈਦੀਆਣਾ ਸਾਹਿਬ ਜਾਣਾ ਜੇ ਮੈਦੀਆਣਾ ਸਾਹਿਬ ਹਾਂਜੀ ਇੱਧਰ ਦੀ ਵੀ ਲੋਟ ਹੈ ਇੱਧਰ ਦੀ ਵੀ ਲੋਟ ਹੈ ਬਾਟ ਹੋਰ ਨਹੀਂ ਇੱਧਰ ਮਾਰੂ ਦਾ ਤੋਂ ਜਾਂ ਆਏ ਮੁੜ ਜੋ ਅੱਛਾ ਇੱਧਰ ਚੜਕ ਖਰਾਬ ਆ ਆਇਆ ਡੰਗ ਜੋ ਠੀਕ ਹੈ ਜੀ ਨਾਰੇ ਨਾਰ ठीक है जी यार पूरी दब के आउंदी पानी ना नहर है नहर थोड़ी ना सरोवर है ये अच्छा जी कबूतर भी है ना पुत्र रख दो थले जंगल मैदियाना साहब अहीं पहुंचे आ ते तुहानूं दिखाउने आ हुण इत्थे जिहड़े स्टैचू बने हुए ने इह निशान साहब आ जो रखड़िया चाड़िया सुभेग सिंह जी शाहबाज सिंह जी उस तो अगे शहीद भाई तारू सिंह जी महताब सिंह जी भाई सुखा सिंह जी बाबा बंदा सिंह जी बहादुर काली फुला सिंह जी ते हरी सिंह नलवा जी का स्टैचू ये है जी गुरुद्वारा साहब की इमारत गुरुद्वारा मैदियाना साहब पते चिड़िया घर भी तेन मखाने आ जा
ਉਹ ਅੱਗੇ ਆ ਆ ਜਾ ਉੱਥੇ ਬਾਬਾ ਫਰੀਦ ਦੀ ਉਹ ਬਾਬਾ ਫਰੀਦ ਜੀ ਦਾ ਵੀ ਸਟੈਚੂ ਹੈਗਾ ਉੱਧਰ ਆ ਜਾ ਦਿਖਾਉਂਦੇ ਹਾਂ ਤੈਨੂੰ ਵੀ ਹਾਂਜੀ ਹਾਂਜੀ ਆ ਜਾਓ ਐਂ ਦੀ ਚੱਲਦੇ ਆ ਫਿਰ ਵਾਪਸੀ ਉੱਧਰ ਦੀ ਬਾਕੀ ਨਹੀਂ ਦੇਖੇ ਕੀ ਨਹੀਂ ਦੇਖੇ ਆ ਦੇਖੋ ਸਾਰੇ ਆ ਜਿਹੜੇ ਠੀਕ ਹੈ ਭਾਜੀ ਮੋਰ ਉਹ ਦੇਖੋ ਜਿਹੜੀਆਂ ਵਾਰ ਉਹ ਅੱਗੇ ਛੋਟੇ ਸਾਹਿਬ ਜਾਦੇ ਨੂੰ ਆਵੇ ਮਨੀਰ ਉਹ ਕਚਾਰੀ ਚ ਲੈ ਕੇ ਗਏ ਤੇ ਉੱਥੇ ਕਲੱਬ ਤੇ ਇੱਧਰ ਆ ਯੈਲੋ ਕਲਰ ਦਾ ਜਨਮ ਚੋਲਾ ਪਾਇਆ ਨਾ ਠੰਡਾ ਬੁਰਜ ਜਿਹੜਾ ਆਪਾਂ ਕੱਲ ਮੱਥਾ ਟੇਕਿਆ ਨਾ ਤੇ ਗੁਰਦੁਆਰਾ ਸਾਹਿਬ ਠੰਡਾ ਬੁਰਜ ਇਦਾਂ ਦਾ ਉਧਰ ਨੀਹਾਂ ਚ ਚੁਣਿਆ ਜਿੱਥੇ ਅੰਦਰ ਭੋਰਾ ਸਾਹਿਬ ਚ ਜਾ ਕੇ ਦੇਖਿਆ ਸੀ ਨਾ ਉੱਥੇ ਆਹ ਮੋਤੀ ਮਹਿਰਾ ਆ ਜਦੋਂ ਦੁੱਧ ਲੈ ਕੇ ਆਉਂਦਾ ਸੀ ਉਦੋਂ ਦਾ ਨਾ ਲੱਗਿਆ ਪਤਾ ਜਵਾਕੋ ਸ਼ੇਰ ਬੈਠਾ ਚਿੜੀਆ ਘਰ ਆ ਵਾਲਾ ਮਨਜੋਤ ਕਹਿੰਦੀ ਤੂੰ ਅੱਛਾ ਬੰਦ ਕਰ ਦਿੱਤਾ ਉੱਥੇ ਲੱਗ ਜਾ ਕੇ ਦੇਖਣਾ ਦੇਖ ਲਓ ਪੰਛੀ ਨਹੀਂ ਨਾ ਹੈਗੇ ਹਾਂ ਉੱਥੇ ਉਹ ਆਪਦਾ ਉਹਨਾਂ ਦਾ ਵੀ ਹੈਗੇ ਨਾ ਸਟੈਚੂ ਬਣਿਆ ਬਾਬਾ ਫਰੀਦ ਜੀ ਹੈ ਕਿੱਥੇ ਕਰਕੇ ਆ ਉਹ ਚੱਲ ਦੇਖ ਲੈਂਦੇ ਹਾਂ ਉਹ ਭਗਤ ਸਿੰਘ ਦੀ ਜੇਲ ਭਗਤ ਸਿੰਘ ਦੀ ਜੇਲ ਆ ਤੇ ਉਹ ਭਗਤ ਸਿੰਘ ਉਹ ਕਰਤਾਰ ਸਿੰਘ ਸਰਾਭਾ ਸ਼ਹੀਦ ਊਧਮ ਸਿੰਘ ਚਿੜੀਆ ਘਰ ਵਿਖਾਨੇ ਚਿੜੀਆ ਘਰ ਇਹ ਕੀ ਜਦੋਂ ਕੋਈ ਜੰਗ ਜੁੰਗ ਹੋਈ ਉਸ ਸਮੇਂ ਕਿਧਰਾਣੇ ਦੀ ਢਾਬ ਕੱਲਾ ਕੱਲਾ ਦਸ਼ਮੇਸ਼ ਉਹ ਮਾਈ ਭਾਗੋ ਜੀ ਦੀ ਉੱਧਰ ਉਹ ਬਣੀ ਉਹ ਘੋੜੇ ਤੇ ਚੜੇ ਹਾਂ ਪਰ ਇਹਨੂੰ ਉਹ ਸਾਈ ਮੀਆਂ ਮੀਰ ਜੀ ਹਾਂ ਤੇ ਆਹ ਜਦੋਂ ਦੇਗ ਚ ਉਬਾਲਿਆ ਸੀ ਹਨਾ ਭਾਈ ਦਿਆਲਾ ਜੀ ਨੂੰ ਹਾਂ ਮਾਈ ਭਾਗੋ ਜੀ ਇਤਿਹਾਸ ਲਿਖਿਆ ਹੋਇਆ ਇੱਥੇ ਸਾਰਾ ਅੱਛਾ ਇਹ ਮੁਕਤਸਰ ਸਾਹਿਬ ਦੀ ਧਰਤੀ 'ਤੇ ਹਨਾ ਮੁਕਤਸਰ ਰਫਲਾਵੇਂ ਹੋਣੀਆਂ ਇਹ ਮੁਗਲਾਂ ਦੇ ਵਿੱਚ ਅਤੇ ਸਿੰਘਾਂ ਦੇ ਵਿੱਚ ਜਿਹੜਾ ਯੁੱਧ ਹੈ ਇਹ ਮਾਈ ਭਾਗੋ ਕੀ ਚੀਜ਼ ਪੱਗ ਦੇ ਨਾਲ ਆੜਿਆ ਭਾਈ ਉਹ ਜੈ ਸਿੰਘ ਜੀ ਨੂੰ ਪੁੱਠਾ ਉਹ ਖੱਲ ਦੇੜੀ ਜਦੋਂ ਇਹ ਤਾਂ ਗਾਣਿਆਂ ਦੀਆਂ ਛੁੱਟੀਆਂ ਹੋਈਆਂ ਧਾਰਮਿਕ ਗਾਣਿਆਂ ਦੀਆਂ ਆ ਜਾਓ ਉਹ ਬੇਸ ਬਾਲ ਮਾਰਦੇ ਆ ਬੱਬਾ ਦੇ ਸਿਰ 'ਚ ਫੁੱਲ ਕਿੰਨੇ ਪਿਆਰੇ ਲਾਹੌਰ ਦੇ ਹਾਕਮ ਵੱਲੋਂ ਸ਼ਾਹੀ ਫਰਮਾਨ ਅੱਛਾ ਤੇ ਸਿਰ ਵੱਢ ਕੇ ਲੈ ਕੇ ਆ ਰਿਹਾ ਤੇ ਇੱਥੇ ਉਹ ਫਿਰ ਮੋਹਰਾਂ ਮਿਲਦੀਆਂ ਨਾ ਉਹਨਾਂ ਨੂੰ ਇਹ ਲਾਹੌਰ ਦਾ ਹਨਾ ਅੱਛਾ ਮੁਗਲਾਂ ਆ ਅਰੇ ਨਾਲ ਚੀਰਿਆ ਸੀ ਆ ਉਹ ਨਾ ਜਿਹੜੇ ਉਹ ਮਤਲਬ ਕਿ ਬੱਚਿਆਂ ਦੇ ਬੱਚਿਆਂ ਨੂੰ ਉਹ ਕੀਤਾ ਸੀ ਮੀਰ ਮੰਨੂ ਵੱਲੋਂ ਹਾਂ ਸਿੰਘ ਬੀਬੀਆਂ ਚੱਕੀ ਪੈਂਦੀਆਂ ਬੱਚਿਆਂ ਦੇ ਗਲਾਂ 'ਚ ਹਾਰ ਪਾਏ ਸੀਗੇ ਹਾਂ ਕਿੱਥੇ ਉਹ ਵੇਖੋ ਬੀਬੀ ਬੈਠੀ ਉਹਦੇ ਗਲ 'ਚ ਹਾਰ ਪਾਇਆ ਪਰੋ ਕੇ ਬੱਚੇ ਦੇ ਪੈਰ ਹਾਂ ਉਹ ਬੋਰਡ ਲੱਗ ਗਿਆ ਨਾ ਲਾਗੇ ਜਾ ਕੇ ਬਣਾ ਲਓ ਇੱਧਰ ਦੀ ਰਸਤਾ
ਵਾਹ ਬੱਚਿਆਂ ਨੂੰ ਇੱਥੇ ਲਿਆਉਣਾ ਚਾਹੀਦਾ ਹਨਾ ਹੋਲੇ ਮਹੱਲੇ ਤੇ ਹੋ ਗਿਆ ਜਾਂ ਮਈ ਜੂਨ ਦੀ ਛੁੱਟੀਆਂ ਦੀ ਕਿਤੇ ਇਹ ਇਤਿਹਾਸ ਹਾਂ ਤਾਂ ਕਰਕੇ ਬਣਾਇਆ ਸੀ ਸ਼ਹੀਦ ਮਤੀ ਦਾਸ ਜੀ ਜਦੋਂ ਆਰੇ ਤੇ ਚੀਰਿਆ ਸੀ ਉਹਨਾਂ ਨੂੰ ਐ ਲੱਗਦਾ ਜੇ ਪੂਰਾ ਹਾਂ ਉਸ ਸੀਨ ਓਦਾਂ ਹੀ ਰੱਖਾਂਗੇ ਹਾਂ ਆ ਨਿਆਣੇ ਇੱਥੇ ਆ ਛੋਟੇ ਬੱਚੇ ਆ ਸਰਦਾਰ ਬਣੋ ਸਿੰਘ ਸਜੋ ਅੱਛਾ ਆ ਹੈ ਨਾ ਹਾਂ ਆ ਛੋਟੇ ਛੋਟੇ ਬੱਚੇ ਆ ਧੁਣ ਲਾ ਕੇ ਤੇ ਉਹ ਉੱਠੇ ਰੰਗੇ ਸ਼ਾਮ ਸਿੰਘ ਜੀ ਅਟਾਰੀ ਨੇ ਤੇ ਮਹਾਰਾਜਾ ਰਣਜੀਤ ਸਿੰਘ ਜੀ ਉਹ ਬਾਬਾ ਦੀਪ ਸਿੰਘ ਜੀ ਸ਼ਹੀਦ ਸਾਈਡ ਤੇ ਉਹਨਾਂ ਦਾ ਅੱਜ ਗੁਰਦੁਆਰਾ ਮਹਿਦੀਆਣਾ ਸਾਹਿਬ ਅਤੇ ਇਤਿਹਾਸ ਦੇ ਨਾਲ ਜੋ ਵੀ ਸਿੱਖ ਇਤਿਹਾਸ ਦੇ ਨਾਲ ਜੋ ਜੋ ਹੋਇਆ ਪਿੱਛੇ ਉਹ ਸਾਰਾ ਹੀ ਇੱਥੇ ਇਹ ਬਿਆਨ ਕਰਦੇ ਸਟੈਚੂ ਕਹਿ ਲਓ ਇਹ ਜੋ ਬਣਾਇਆ ਗਿਆ ਇਸ ਤੋਂ ਸਾਡੇ ਜਿਵੇਂ ਕਿ ਹੁਣ ਬੱਚੇ ਆ ਇਹਨਾਂ ਨੂੰ ਜਾਣੂ ਕਰਵਾਉਣਾ ਹੈ ਇਹਨਾਂ ਨੂੰ ਇਤਿਹਾਸ ਦੇ ਬਾਰੇ ਵੰਸ਼ ਦੱਸੇਗਾ ਇੱਥੇ ਦਾ ਇਤਿਹਾਸ ਪੜ੍ਹ ਕੇ ਦੱਸ ਵੀ ਵੰਸ਼ ਵੰਸ਼ ਵਿਚਾਰਾ ਸੰਗ ਲੱਗਦੀਆਂ ਦਾ ਹੈ ਵੇਲੇ ਆ ਸਦਾ ਬਹਾਰ ਹੀ ਲੱਗਦੀ ਮੈਨੂੰ ਫੁੱਲ ਕਿੰਨੇ ਪਿਆਰੇ ਦੋ ਕਲਰ ਦੇ ਹਾਂ ਯੈਲੋ ਤੇ ਮਿਲ ਜਾਂਦੀ ਨਰਸਰੀ ਚ ਉਧਰੋਂ ਮਿਲ ਜਾਂਦੀ ਹੋਣੀ ਆ ਰੋਡ ਦੇ ਲੱਗੀ ਹਾਂ ਅੰਮ੍ਰਿਤਸਰੋਂ ਜਾਈਏ ਨਾ ਉਹ ਰੋਡ ਦੇ ਵਿੱਚ ਵੀ ਆ ਲੱਗੇ ਆ ਡਿਵਾਈਡਰ ਤੇ ਪੀਤ ਭਾਈ ਮਨੀ ਸਿੰਘ ਜੀ ਹਾਂ ਉਂਗਲਾਂ ਪੋਟੇ ਕੱਟੇ ਇੱਕ ਚੀਜ਼ ਇੱਥੇ ਵੇਖਣ ਵਾਲੀ ਕਿ ਮਤਲਬ ਕਿ ਜਿੱਦਾਂ ਅੱਜ ਤੋਂ 15 ਜਾਂ 20 ਸਾਲ ਪਹਿਲਾਂ ਜਿੱਦਾਂ ਹਨਾ ਬਾਲਿਆਂ ਵਾਲੀਆਂ ਛੱਤਾਂ ਸੀ ਟੈਲਾਂ ਵਾਲੀਆਂ ਲੰਗਰ ਹਾਲ ਪੁਰਾਣੇ ਜਿੱਦਾਂ ਹਨਾ ਹੁੰਦੇ ਹੁੰਦੇ ਢਾਕ ਨਵੇਂ ਬਣ ਗਏ ਲੈਂਟਰਾਂ ਵਾਲੇ ਉਵੇਂ ਦਾ ਉਵੇਂ ਹੀ ਪੁਰਾਣਾ ਹਨਾ ਸਾਰਾ ਅਤੇ ਹੁਣ ਤਾਂ ਭੱਠੀਆਂ ਭੁੱਠੀਆਂ 'ਤੇ ਲੰਗਰ ਬਣਦਾ ਇੱਥੇ ਉਹੀ ਲੋਹ ਅਤੇ ਜਿੱਦਾਂ ਏ ਸੀ ਚੁੱਲ੍ਹੇ ਜਿਹੜੇ ਹੁੰਦੇ ਪਹਿਲਾਂ ਉੱਦਾਂ ਹੀ ਲੰਗਰ ਪਕਾਉਂਦੇ ਆ ਬਾਬੇ ਨੇ ਟਰੱਕ ਕਰਦਾ ਸਟਾਰਟ ਨੰਬਰ ਵੇਖ ਕੇ ਨਾ ਬਣਾਉਣਾ PW1748 PW ਓਕੇ ਯੂ ਡੋਲਰ ਕਾਰ ਸੇਵਾ ਮੈਦੀਆਂ ਸਾਹਿਬ ਇਹ ਰੱਖਿਆ ਇਹ ਬਾਲਣ ਨੂੰ ਵਾਂਸ ਬੱਬਾ ਜੀ ਇਹ ਆ ਜੀ ਲੰਗਰ ਵਾਲਾ ਜੋ ਤੁਹਾਨੂੰ ਦੱਸਿਆ ਜੀ ਨਹੀਂ ਜਲ ਜੁਲ ਛਕਣਾ ਛਕ ਲਓ ਸੰਗਤ ਆ ਗਈ ਚਾਹ ਹੈਗੀ ਆ ਚਾਹ ਪੀ ਲਓ ਬਾਟੇ ਲਾ ਲਓ ਬਾਟੇ ਲਾ ਲਓ ਚਾਹ ਪੀ ਲਓ ਸੰਗਤੋਂ ਤੁਸੀਂ ਛੱਤ ਦੇਖੋ ਬਾਲੇ ਅਤੇ ਇੱਟਾਂ ਦੀ ਇੱਦਾਂ ਬਾਈ ਸਾਡੇ ਏਰੀਏ ਦੇ ਵਿੱਚ ਨਾ ਜੋ ਪੁਰਾਣੇ ਹਾਲ ਆ ਲੰਗਰ ਹਾਲ ਢਾ ਕੇ ਸਭ ਲੈਂਟਰ ਵਾਲੇ ਬਣਾ ਦਿੱਤੇ ਅਤੇ ਅੱਜ ਵੀ ਉਵੇਂ ਹੀ ਪੁਰਾਣੀਆਂ ਛੱਤਾਂ ਇੱਥੇ ਕਾਇਮ ਆ ਅੱਜ ਤੋਂ 20 ਸਾਲ ਪਹਿਲਾਂ ਪਿੱਛੇ ਹੈ ਨਾ ਬੰਦਾ ਚੀਜ਼ਾਂ ਦੇਖ ਕੇ ਚਲਾ ਜਾਂਦਾ ਲੰਗਰ ਹਾਲ ਵੀ ਦੇਖ ਉੱਦਾਂ ਹੀ ਪੁਰਾਣਾ ਹੀ ਅਜੇ ਹਾਂ ਬਾਲਿਆਂ ਦੀਆਂ ਛੱਤਾਂ ਨੇ ਇਹਦੇ ਇਹਦੇ ਸਾਡੇ ਤਾਂ ਲੰਗਰ ਹਾਲ ਹੁਣ ਲੈਂਟਰਾਂ ਵਾਲੇ ਵੱਡੇ ਵੱਡੇ ਹਾਲ ਬਣਾਉਂਦੇ ਆ ਅਤੇ ਇਹ ਅਜੇ ਵੀ ਉਵੇਂ ਪੁਰਾਣਾ ਹੀ ਹੈ ਸਾਡੀ ਬੈਠੇ ਆ ਜਾਲੀ ਪੁਰਾਣੀ ਜਿਹਦੇ 'ਚ ਲੰਗਰ ਹਾਲ ਦੇ ਇਹਦੀ ਛੋਟਾ ਜਿਹਾ ਰੂਮ ਬਣਾਇਆ ਬਸ
डेढ़ दो घंटे पहुंच गए।